ਮੈਂ ਸਮਝਦਾ ਵਾਂ ਕਿ ਇਹ ਗੰਗਾ ਜਾਣ ਗੰਗਾ ਰਾਮ, ਜਮੁਨਾ ਜਾਣ ਜਮੁਨਾ ਦਾਸ, ਇਹ ਇੱਕ ਪਾਸੇ ਦੇ ਨਹੀਂ ਗਏ। ਇਹ ਸਵੇਰੇ ਜੇ ਮੁਸਲਿਮ ਲੀਗ ਦੀ ਸਰਕਾਰ ਆ ਗਈ ਨਾ, ਸਭ ਤੋਂ ਪਹਿਲੇ ਅੱਲਾਹੂ ਅਕਬਰ ਜੇ ਕਹਿਣਗੇ ਤਾਂ ਰਣਬੀਰ ਸਿੰਘ ਕਾਲਕਾ ਅਤੇ ਸਿਰਸਾ ਸਾਹਿਬ ਕਹਿਣਗੇ। ਤੁਹਾਨੂੰ ਕਮੇਟੀ ਤੋਂ ਲਾਂਭੇ ਕਰ ਦਿੱਤਾ ਗਿਆ, ਉਸ ਤੋਂ ਬਾਅਦ ਫਿਰ ਦੁਬਾਰਾ ਉਹ ਮੁੱਦੇ ਜਿਹੜੇ ਨੇ ਦੁਬਾਰਾ ਤੋਂ ਉੱਭਰਨੇ ਸ਼ੁਰੂ ਹੋ ਗਏ? ਜਦੋਂ ਅਸੀਂ ਸੀਗੇ, ਤੁਸੀਂ ਦੇਖਿਆ ਕਿ 1984 ਦੀ ਯਾਦਗਾਰ ਬਣੀ। ਕਦੀ ਕੋਈ ਸੁਪਨਾ ਲੈ ਸਕਦਾ ਸੀਗਾ ਕਿ ਸੱਜਣ ਕੁਮਾਰ ਅੰਦਰ ਜਾਊਗਾ, ਟਾਈਟਲਰ ਦੇ ਅੰਦਰ ਜਾਣ ਦਾ ਮਾਹੌਲ ਬਣ ਗਿਆ। ਸਿਰਸਾ ਜੀ ਜਦ ਪ੍ਰਧਾਨ ਸੀ, ਉਹਨਾਂ ਨਾਲ ਲੰਬੀ ਸਿਕਿਉਰਿਟੀ ਫੋਰਸ ਚੱਲਦੀ ਸੀ, ਹੁਣ ਉਹੀ ਆਲਮ ਜਿਹੜਾ ਹੈ ਕਾਲਕਾ ਜੀ ਦਾ, ਕਾਲੋਂ ਸਾਹਿਬ ਦਾ ਦਿਖਦਾ। ਇੱਥੋਂ ਤੱਕ ਕਿ ਜਿਹੜੇ ਮੈਂਬਰ ਪਹਿਲੀ ਵਾਰ ਜਿੱਤੇ ਨੇ, ਉਹਨਾਂ ਨੂੰ ਦੋ ਦੋ ਗਨਮੈਨ ਦੇ ਦਿੱਤੇ ਗਏ। ਲੱਗਦਾ ਕਿ ਉਹਨਾਂ ਮੈਂਬਰਾਂ ਨੇ ਸਿਰਫ ਗਨਮੈਨਾਂ ਦੇ ਚੱਕਰ ਦੇ ਵਿੱਚ ਪਾਸਾ ਪਰਤਿਆ। ਦੀ ਦੀਵਾਰ ਖੜੀ ਕੀਤੀ ਆ, ਮੈਂਬਰਾਂ ਦੇ ਉੱਤੇ ਸਿਕਿਉਰਿਟੀ ਵੀ ਰੱਖੀ ਆ, ਮੈਂਬਰਾਂ ਦੇ ਉੱਤੇ ਚੈੱਕ ਵੀ ਰੱਖਿਆ, CID ਵੀ ਰੱਖੀ ਆ ਕਿ ਮੈਂਬਰ ਕਿਤੇ ਭੱਜ ਨਾ ਜਾਣ। ਮੈਂਬਰ ਇਹਨਾਂ ਕੋਲ ਟਿਕਣੇ ਨਹੀਂ ਆਉਣ ਵਾਲੇ ਸਮੇਂ 'ਚ, ਤੁਸੀਂ ਮੈਂਬਰ ਛੱਡੋ, ਸੰਗਤ ਇਹਨਾਂ ਕੋਲ ਹੈ ਨਹੀਂ ਗੀ। ਇਹ ਇਲੈਕਸ਼ਨ ਨੂੰ ਟਪਾਉਣ ਦੀ ਕੋਸ਼ਿਸ਼ ਕਰਨਗੇ, ਲੇਟ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਮੈਂ ਪ੍ਰਧਾਨ ਰਿਹਾ ਵਾਂ, 3 ਇਲੈਕਸ਼ਨਾਂ ਆਈਆਂ ਸੀ, ਦੋ ਦੋ ਸਾਲ ਵਾਲੀਆਂ। ਮੈਂ ਡੇਟ ਤੋਂ ਇੱਕ ਦਿਨ ਪਹਿਲੇ ਕਰਾਉਂਦਾ ਸੀਗਾ, ਇਹਨਾਂ ਦਾ 21 ਜਨਵਰੀ ਨੂੰ ਡੇਟ ਆ, ਹੁਣ ਤੱਕ ਨੋਟਿਸ ਨਿਕਲਣਾ ਚਾਹੀਦਾ ਸੀ, ਅੱਜ ਤੱਕ ਨੋਟਿਸ ਨਹੀਂ ਨਿਕਲ। ਸ਼ਿਲੌਂਗ ਦੇ ਵਿੱਚ ਸਿੱਖਾਂ ਦੀ ਆਵਾਜ਼ ਚੱਕਣ ਤੁਸੀਂ ਸਭ ਤੋਂ ਪਹਿਲਾਂ ਪਹੁੰਚੇ, ਹੁਣ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਦੁਬਾਰਾ ਜੋ ਉੱਥੇ ਹਾਲਾਤ ਬਣ ਰਹੇ ਨੇ, ਡੈਲੀਗੇਸ਼ਨ ਦਿੱਲੀ ਕਮੇਟੀ ਆ ਕੇ ਮਿਲਦਾ ਪਰ ਕੋਈ ਹੱਲ ਨਹੀਂ ਹੁੰਦਾ? ਉਹ ਜਿਹੜਾ ਡੈਲੀਗੇਸ਼ਨ ਦਿੱਲੀ ਆਉਂਦਾ, ਉੱਥੋਂ ਦਾ ਪ੍ਰਧਾਨ ਜਿਹੜਾ ਆਉਂਦਾ, ਦਿੱਲੀ ਕਮੇਟੀ ਕਹਿੰਦੀ ਹੈ ਕਿ ਜੋ ਸਰਕਾਰ ਕਹਿੰਦੀ ਕੰਪਰੋਮਾਈਜ਼ ਕਰ ਲਓ। ਅਸੀਂ ਠੋਕ ਕੇ ਗੋਲੀ ਚੱਲਦੇ ਦੇ ਵਿੱਚ, ਕਰਫਿਊ ਲੱਗੇ ਦੇ ਵਿੱਚ ਗਏ ਸੀ, ਮੇਰੇ ਖਿਆਲ ਤੁਸੀਂ ਵੀ ਸ਼ਾਇਦ ਉੱਥੇ ਮੌਜੂਦ ਸੀਗੇ। ਇਹ ਤਾਂ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਤੁਸੀਂ ਸਮਝੌਤਾ ਕਰ ਜਾਓ, ਇਹ ਕਦੀ ਵੀ ਸਰਕਾਰ ਦੇ ਅੱਗੇ ਨਹੀਂ ਖਲੋਣਗੇ, ਇਹ ਤੁਹਾਨੂੰ ਸਲਾਹ ਦੇਣਗੇ ਕਿ ਆਪਾਂ ਬਹੁਤ ਘੱਟ ਗਿਣਤੀ 'ਚ, ਆਪਾਂ ਨੇ ਸਰਕਾਰਾਂ ਨਾਲ ਪੰਗਾ ਨਹੀਂ ਲੈਣਾ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਰਗਰਮ ਨਜ਼ਰ ਆ ਰਿਹਾ। ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਔਰ ਕੋਰ ਕਮੇਟੀ ਦੇ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਨੇ। ਜੀ ਕੇ ਸਾਹਿਬ, ਕਿਸ ਤਰ੍ਹਾਂ ਦੀ ਰਹੀ ਅੱਜ ਨਵੇਂ ਸਾਲ ਦੀ ਪਹਿਲੀ ਕੋਰ ਕਮੇਟੀ ਦੀ ਬੈਠਕ? ਮੈਂ ਸਮਝਦਾ ਕਿ ਮੇਰੀ ਵੀ ਇਹ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੈ ਜੁਆਇਨ ਹੋਣ ਤੋਂ ਬਾਅਦ, ਔਰ ਅੱਜ ਧਾਰਮਿਕ ਮੁੱਦਿਆਂ ਦੇ ਉੱਤੇ ਔਰ ਕੌਂਕੇ ਸਾਹਿਬ ਦੇ ਮੁੱਦਿਆਂ ਦੇ ਉੱਤੇ ਜੋ ਅੱਜ ਕੱਲ੍ਹ ਚੱਲਦਾ ਪਿਆ ਔਰ ਜੋ ਉਹਦੀ ਅਸਲੀਅਤ ਨੇ, ਉਹ ਫੈਕਟਸ ਸਾਰੇ ਰੱਖੇ ਗਏ, ਔਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਹਾਲਾਤ ਅੱਜ ਦੀ ਮੌਜੂਦਾ ਸਰਕਾਰ ਵੱਲੋਂ ਕ੍ਰੀਏਟ ਕੀਤੇ ਗਏ ਨੇ, ਔਰ ਅਕਾਲੀ ਦਲ ਦੇ ਵੇਲੇ ਅੱਜ ਕੀ ਫਰਕ ਆ ਪੰਜਾਬ ਦੇ ਵਿੱਚ ਔਰ ਉਦੋਂ ਕੀ ਸੀਗਾ, ਉਸ ਦੇ ਉੱਤੇ ਸਾਰੀ ਡਿਸਕਸ਼ਨ ਹੋਈ ਹੈ। ਇੱਕ ਚੀਜ਼, ਤੁਸੀਂ ਇਹ ਧਾਰਮਿਕ ਮੁੱਦਿਆਂ ਦੀ ਗੱਲ ਕੀਤੀ, ਦਿੱਲੀ ਦੇ ਧਾਰਮਿਕ ਮੁੱਦੇ ਤੁਹਾਡੇ ਵੱਲੋਂ ਚੱਕੇ ਗਏ, ਚਾਹੇ ਉਹ ਕਾਲੀ ਸੂਚੀ ਦੀ ਗੱਲ ਕਰ ਲਈਏ, ਕਕਾਰਾਂ ਦੀ ਗੱਲ ਕਰ ਲਈਏ ਜਿਹੜੇ ਪ੍ਰੀਖਿਆਵਾਂ ਦੇ ਵਿੱਚ ਪਾ ਕੇ ਨਹੀਂ ਜਾਣ ਦਿੱਤਾ ਜਾਂਦਾ ਸੀ, ਤੁਹਾਨੂੰ ਕਮੇਟੀ ਤੋਂ ਲਾਂਭੇ ਕਰ ਦਿੱਤਾ ਗਿਆ, ਉਸ ਤੋਂ ਬਾਅਦ ਫਿਰ ਦੁਬਾਰਾ ਉਹ ਮੁੱਦੇ ਜਿਹੜੇ ਨੇ ਦੁਬਾਰਾ ਤੋਂ ਉੱਭਰਨੇ ਸ਼ੁਰੂ ਹੋ ਗਏ? ਦੇਖੋ, ਗੱਲ ਇਹ ਹੈ ਕਿ ਜਦੋਂ ਅਸੀਂ ਸੀਗੇ, ਤੁਸੀਂ ਦੇਖਿਆ ਕਿ 1984 ਦੀ ਯਾਦਗਾਰ ਬਣੀ। ਕਦੀ ਕੋਈ ਸੁਪਨਾ ਲੈ ਸਕਦਾ ਸੀਗਾ ਕਿ ਸੱਜਣ ਕੁਮਾਰ ਅੰਦਰ ਜਾਊਗਾ, ਟਾਈਟਲਰ ਦੇ ਅੰਦਰ ਜਾਣ ਦਾ ਮਾਹੌਲ ਬਣ ਗਿਆ। ਕਾਲਜਾਂ ਦੇ ਵਿੱਚ ਸਾਡੇ ਕੋਲ ਮਿਨੋਰਟੀ ਸਟੇਟਸ ਨਹੀਂ ਸੀ, ਮੁਸਲਮਾਨਾਂ ਦੇ ਕਾਲਜ, ਜੈਨ ਧਰਮ ਦੇ ਕਾਲਜ, ਕ੍ਰਿਸਚਨ ਕਾਲਜਾਂ ਕੋਲ ਮਾਇਨੋਰਟੀ ਸਟੇਟਸ ਹੀ ਅਸੀਂ ਲਿਆ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਲੜਾਈ ਕੀਤੀ, ਕਿੰਨਿਆਂ ਦੀ ਰਿਹਾਈ ਕਰਾਈ, ਕਿੰਨਿਆਂ ਦੇ ਕੇਸ ਲੜੇ, ਮੈਂ ਸਮਝਦਾ ਕਿ ਉਹ ਸਾਰੇ ਦੇ ਉੱਤੇ ਅਸੀਂ ਪਹਿਰਾ ਦਿੰਦੇ ਸੀ। ਅੱਜ ਜਿਹੜੀ ਕਮੇਟੀ ਬੈਠੀ ਆ, ਉਹ ਕਮੇਟੀ ਸਰਕਾਰੀ ਬੈਠੀ ਆ, ਉਹ ਗੱਲ ਬੋਲਦੀ ਆ ਜਿਹੜੀ ਉਹਨਾਂ ਨੂੰ ਸੂਟ ਕਰਦੀ ਹੋਵੇ। ਕਿ ਜਿੱਦਾਂ ਹੁਣ ਉਹਨਾਂ ਨੇ ਰੱਖਿਆ ਕਿ ਕੌਂਕੇ ਸਾਹਿਬ ਦਾ ਅਸੀਂ ਪਾਠ ਦਾ ਭੋਗ ਦਿੱਲੀ ਪਾਵਾਂਗੇ, ਚੰਗੀ ਗੱਲ ਹੈ, ਜ਼ਰੂਰ ਪਾਓ, ਤੁਸੀਂ ਕੋਈ ਮਨਾ ਨਹੀਂ ਕਰਦਾ, ਪਰ ਤੁਹਾਨੂੰ ਰਾਜੋਵਾਨਾ ਸਾਹਿਬ ਬਾਰੇ ਜੋ ਸਰਕਾਰ ਬੋਲੀ ਆ ਪਾਰਲੀਮੈਂਟ 'ਚ, ਉਸ 'ਤੇ ਤੁਹਾਡਾ ਸਾਹ ਕਿਉਂ ਸੁੱਕ ਜਾਂਦਾ? ਉਸ 'ਤੇ ਤੁਹਾਡੇ ਮੂੰਹ 'ਤੇ ਜ਼ਿਪ ਕਿਉਂ ਲੱਗ ਜਾਂਦੀ ਹੈ? ਤੁਹਾਨੂੰ ਇੰਸਟਰਕਸ਼ਨਸ ਹੁੰਦੀਆਂ ਨੇ ਉੱਤੋਂ ਸਰਕਾਰ ਵੱਲੋਂ ਕਿ ਤੁਸੀਂ ਕਿਹੜਾ ਮੁੱਦਾ ਚੁੱਕਣਾ, ਕਿਹੜਾ ਨਹੀਂ ਚੁੱਕਣਾ। ਤੁਸੀਂ ਪੰਥਕ ਜਮਾਤ ਹੋ, ਸ਼੍ਰੋਮਣੀ ਕਮੇਟੀ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਇੱਕ ਜਮਾਤ ਹੈ, ਤੁਸੀਂ ਉਹ ਇਸ਼ੂ ਕਿਉਂ ਨਹੀਂ ਚੁੱਕਦੇ ਜਿਹੜੇ ਕੌਮ ਦੇ ਇਸ਼ੂ ਨੇ?
ਤੁਸੀਂ ਉਹਨਾਂ 'ਤੇ ਮਿੱਟੀ ਕਿਉਂ ਪਾਉਂਦੇ ਹੋ? ਤੁਸੀਂ ਸਿਰਫ ਆਪਣੀ ਟਿਕਟਾਂ ਵਾਸਤੇ, ਆਪਣੇ ਰਾਜ 'ਚ ਕਾਇਮ ਰਹਿਣ ਵਾਸਤੇ, ਜ਼ੈਡ ਪਲੱਸ ਸਿਕਿਉਰਿਟੀਆਂ ਲੈਣ ਵਾਸਤੇ, ਆਪਣੇ 'ਤੇ ਮੁਕੱਦਮੇ ਵਾਪਸ ਕਰਾਉਣ ਵਾਸਤੇ ਇੱਥੇ ਆਏ ਹੋ। ਸੋ ਮੈਂ ਸਮਝਦਾ ਕਿ ਦਿੱਲੀ ਕਮੇਟੀ ਤੋਂ ਕੋਈ ਉਮੀਦ ਲਾਣੀ, SGPC ਹਰਿਆਣੇ ਦੀ ਤੋਰ ਕੇ ਪੜ੍ਹੀ ਮਾਰੀ, ਕੀ ਬੋਲੇ ਜੀ? ਆਖਦੇ ਸੀ, ਸਰਸਾ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਕਿ ਮੈਂ BJP 'ਚ ਗਿਆ, ਸਿੱਖਾਂ ਦੇ ਮਸਲੇ ਹੱਲ ਕਰਾਵਾਂਗਾ। ਉਹ ਮਸਲੇ ਤਾਂ ਉੱਥੇ ਖੜ੍ਹੇ ਨੇ, ਜਿਹੜੇ ਨਵੇਂ ਚਾਰ ਖੜ੍ਹੇ ਹੋ ਗਏ ਉਹਨਾਂ ਬਾਰੇ ਵੀ ਨਹੀਂ ਬੋਲਦੇ। ਮੈਂ ਸਮਝਦਾ ਵਾਂ ਅਕਾਲ ਤਖਤ ਦੀ ਗੱਲ ਕਰਦੇ ਆ ਕਿ ਅਕਾਲੀ ਦਲ ਅਕਾਲ ਤਖਤ ਨੂੰ ਨਹੀਂ ਮੰਨਦਾ, ਅਸੀਂ ਮੰਨਦੇ ਹਾਂ। ਅਕਾਲ ਤਖਤ ਨੇ ਹੁਕਮ ਕੀਤਾ ਸੀਗਾ ਕਿ ਵੀਰਬਾਲ ਦਿਵਸ ਨਹੀਂ ਹੋਣਾ ਚਾਹੀਦਾ ਨਾਮ, ਇਹ ਸਾਹਿਬਜ਼ਾਦੇ ਹੋਣੇ ਚਾਹੀਦੇ, ਬਾਬੇ ਹੋਣੇ ਚਾਹੀਦੇ। ਤੁਸੀਂ ਉਹ ਜਾ ਕੇ ਮਨਾਉਂਦੇ ਪਏ ਹੋ ਸਰਕਾਰ ਦੇ ਪਲੇਟਫਾਰਮ 'ਤੇ ਜਾ ਕੇ। ਮੈਂ ਸਮਝਦਾ ਵਾਂ ਕਿ ਉਹਨਾਂ ਨੇ ਮੁੱਦੇ ਨਹੀਂ ਚੁੱਕਣੇ, ਉਹਨਾਂ ਨੇ ਕੀ ਸਰਕਾਰ ਤੋਂ ਹੁਕਮ ਹੁੰਦਾ ਉਹ ਕੰਮ ਕਰਨਾ, ਪੰਥ ਦੀ ਗੱਲ ਨਹੀਂ ਕਰਨੀ। ਭਾਈ ਰਾਜਵਾਣਾ ਦੀ ਤੁਸੀਂ ਗੱਲ ਕੀਤੀ, ਹਾਲਾਂਕਿ ਅਕਾਲੀ ਦਲ ਵੱਲੋਂ SGPC ਵੱਲੋਂ 20 ਦਸੰਬਰ ਨੂੰ ਧਰਨੇ ਦਾ ਐਲਾਨ ਕੀਤਾ ਗਿਆ ਸੀ ਰਾਸ਼ਟਰਪਤੀ ਭਵਨ ਤੱਕ, ਉਸ ਦੇ ਉੱਤੇ ਵੀ ਹਰਮੀਤ ਸਿੰਘ ਕਾਲਕਾ ਨੇ ਕਿੰਤੂ ਪਰੰਤੂ ਜਤਾਇਆ ਕਿ ਧਰਨਾ ਜਿਹੜਾ ਨਹੀਂ ਹੋਣਾ ਚਾਹੀਦਾ, ਅਸੀਂ ਸਰਕਾਰ ਨਾਲ ਗੱਲ ਕਰ ਰਹੇ ਹਾਂ। 31 ਤਰੀਕ ਦੀ ਡੈਡਲਾਈਨ ਨਿਕਲ ਚੁੱਕੀ, ਤੁਹਾਨੂੰ ਲੱਗਦਾ ਕਿਸੇ ਪਲੇਟਫਾਰਮ 'ਤੇ ਉਹ ਗੱਲ ਹੋ ਰਹੀ ਹੈ ਦਿੱਲੀ ਕਮੇਟੀ ਵੱਲੋਂ? 100% ਦਿੱਲੀ ਕਮੇਟੀ ਨੇ ਉਸ 'ਤੇ ਕੋਈ ਗੱਲ ਨਹੀਂ ਕਰਨੀ। ਰਾਜਵਾਣਾ ਸਾਹਿਬ ਦੀ ਜਿਹੜੀ ਸਿਸਟਰ ਨੇ, ਉਹਨਾਂ ਨੇ ਕੱਲ੍ਹ ਇੱਕ ਚਿੱਠੀ ਲਿਖੀ ਹੈ ਜਿਹੜੀ ਮੈਂ ਕਿਤੇ ਪੜ੍ਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਮੈਂ ਸਮਝਦਾ ਕਿ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਗੱਲ ਕਦੀ ਵੀ ਨਹੀਂ ਕਰਨਗੇ, ਕਿਉਂਕਿ ਹੋਮ ਮਿਨਿਸਟਰ ਨੇ ਬੜਾ ਕਲੀਅਰ ਕਹਿ ਦਿੱਤਾ ਪਾਰਲੀਮੈਂਟ ਦੇ ਵਿੱਚ ਜੋ ਉਹਨਾਂ ਨੇ ਕਹਿਣਾ ਸੀਗਾ। ਇਹਨਾਂ ਦੀ ਇਹ ਮਜਾਲ ਨਹੀਂ ਹੈਗੀ ਕਿ ਇਹ ਕਿਤੇ ਸਰਕਾਰ ਦੇ ਸਟੈਂਡ ਦੇ ਉਲਟ ਜਾ ਕੇ ਕੋਈ ਗੱਲ ਕਰ ਲੈਣ। ਇਹ ਦਾਏ ਬਾਏ ਚੱਲੀ ਜਾਣਗੇ ਕਿ ਅਕਾਲੀ ਦਲ ਨੇ ਇਹ ਕਰ ਦਿੱਤਾ, ਉਹਦੀ ਇਹ ਗਲਤੀ ਨਹੀਂ। ਤੁਸੀਂ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਕੇ ਆਏ ਹੋ, ਤੁਸੀਂ ਅਕਾਲੀ ਦਲ ਨੂੰ ਛੱਡ ਕੇ ਉੱਥੇ ਸਰਕਾਰ ਦੀ ਮਦਦ ਨਾਲ ਕਬਜ਼ਾ ਕਰਕੇ ਬੈਠੇ ਹੋ। ਮੈਂ ਸਮਝਦਾ ਆਉਣ ਵਾਲਾ ਸਮਾਂ ਜਿਹੜਾ ਉਹ ਸੰਗਤ ਦੇਖੇਗੀ, ਦੱਸੇਗੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਤੁਸੀਂ ਪ੍ਰਧਾਨ ਸੀ, ਆਪਣੀ ਪ੍ਰਧਾਨਗੀ ਦੇ ਵਿੱਚ ਤੁਸੀਂ ਆਪ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ, ਬਾਕੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਸੀ, ਕੋਈ ਕਾਉਂਸਲਰ ਬਣੇ, ਕੋਈ MLA ਬਣੇ, ਕੋਈ ਹੋਰ ਟਿਕਟਾਂ ਦੇ ਚੋਣਾਂ ਲੜੇ, ਪਰ ਆਪ ਤੁਸੀਂ ਚੋਣ ਮੈਦਾਨ 'ਚ ਨਹੀਂ ਉਤਰੇ। ਹੁਣ ਦੁਬਾਰਾ ਅਕਾਲੀ ਦਲ 'ਚ ਵਾਪਸੀ ਹੋਈ ਹੈ, ਰਾਜਨੀਤਿਕ ਪਲੇਟਫਾਰਮਸ ਦੇ ਉੱਤੇ ਕਿਤੇ ਹੈ ਵਿਚਾਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ? ਗੱਲ ਇਹ ਹੈ ਕਿ 4 ਟਿਕਟਾਂ BJP ਦਿੰਦੀ ਸੀਗੀ MLA ਦੀਆਂ, 4 'ਚੋਂ 3 MLA ਜਿੱਤੇ, ਇਹ ਸਰਸਾ ਕਾਲਕਾ ਜਤਿੰਦਰ ਸ਼ੰਟੀ ਇਹ ਮੇਰੇ ਸਮੇਂ ਜਿੱਤੇ, 4 'ਚੋਂ 3 ਜਿੱਤੇ। 8 ਟਿਕਟਾਂ ਦਿੰਦੀ ਸੀਗੀ ਕੌਂਸਲਰ ਦੀਆਂ, 8 'ਚੋਂ 7 ਜਿੱਤੇ। ਐਜ ਕਿ ਸਰਸਾ ਸਾਹਿਬ ਨੂੰ ਰੋ ਪਿੱਟ ਕੇ 2 ਟਿਕਟਾਂ ਮਿਲੀਆਂ ਔਰ ਸਿੱਖ ਹਲਕਿਆਂ 'ਚੋਂ ਮਿਲੀਆਂ ਵੈਸਟ ਦਿੱਲੀ 'ਚੋਂ, ਔਰ ਉਹ ਸਾਰੇ ਹਲਕਿਆਂ ਦੇ ਵਿੱਚੋਂ ਹਾਰੇ, ਬੁਰੀ ਤਰ੍ਹਾਂ ਹਾਰੇ। ਇਹਨਾਂ ਦੇ ਕੈਂਡੀਡੇਟ, ਲੋਕ ਇਹਨਾਂ ਦੇ ਨਾਲ ਨਹੀਂ ਹੈ, ਸੰਗਤ ਇਹਨਾਂ ਦੇ ਨਾਲ ਨਹੀਂ ਹੈ। ਹਾਂ, ਗੁਰਦੁਆਰਾ ਕਮੇਟੀ ਦੇ ਕਾਬਜ਼ ਬੈਠੇ ਨੇ, ਉਹ ਕਬਜ਼ਾ ਆਪਣਾ ਜਮਾ ਕੇ ਗੁਰੂ ਦੀ ਗੋਲਕ ਆਪਣੇ ਪਰਸਨਲ ਕੰਮਾਂ ਵਾਸਤੇ ਜਾਂ ਪੋਲੀਟੀਕਲ ਕੰਮਾਂ ਵਾਸਤੇ ਵਰਤਦੇ ਰਹਿਣਗੇ, ਕੌਮ ਵਾਸਤੇ ਕਦੀ ਨਹੀਂ ਭੁਗਤਣਗੇ। ਔਰ ਜੇ ਜਦੋਂ ਅਕਾਲੀ ਦਲ ਨੂੰ ਮੈਂ ਰਿਪ੍ਰਜੈਂਟ ਕਰ ਰਿਹਾ ਸੀ, ਉਦੋਂ ਪੋਲੀਟੀਕਲ ਤਾਕਤ ਵੀ ਸੀ, ਧਾਰਮਿਕ ਤਾਕਤ ਵੀ ਸੀਗੇ। ਮੈਂ ਸਮਝਦਾ ਕਿ ਵੱਡੇ ਵੱਡੇ ਇਸ਼ੂਜ਼ ਦੇ ਉੱਤੇ ਅਸੀਂ ਕਦੀ ਸਰਕਾਰ ਦੀ ਈਨ ਨਹੀਂ ਮੰਨੀ। ਮੈਂ ਇੱਕ ਇੰਸਟੈਂਸ ਜੇ ਕੋਟ ਕਰ ਦਵਾਂ ਕਿ ਜਦੋਂ ਰੰਗੀਏ ਮੁਸਲਮਾਨ 40,000 ਆਏ ਸੀਗੇ ਮਿਆਂਮਾਰ ਤੋਂ ਬੰਗਲਾਦੇਸ਼ੀ, ਉਹ ਬਾਰਡਰ 'ਤੇ ਬੈਠੇ ਸੀਗੇ, ਸਰਕਾਰ ਨੇ ਮੈਨੂੰ ਆਖਿਆ, ਹੋਮ ਮਿਨਿਸਟਰੀ ਤੋਂ ਮੈਸੇਜ ਆਇਆ ਜੀ ਕਿ ਤੁਸੀਂ ਉੱਥੇ ਲੰਗਰ ਲਵਾ ਰਹੇ ਹੋ, ਤੁਸੀਂ ਮਦਦ ਕਰ ਰਹੇ ਹੋ, ਸਰਕਾਰ ਉਸ ਤੋਂ ਖੁਸ਼ ਨਹੀਂ ਹੈ। ਮੇਰਾ ਇੱਕੋ ਜਵਾਬ ਸੀ, ਗੁਰੂ ਨਾਨਕ ਸਾਹਿਬ ਦਾ ਘਰ ਸਰਕਾਰ ਦੇ ਹੁਕਮ ਨਾਲ ਨਹੀਂ ਚੱਲਦਾ, ਗੁਰੂ ਨਾਨਕ ਦੇ ਹੁਕਮ 'ਤੇ ਚੱਲਦਾ। ਮੈਂ ਲੰਗਰ ਲਾਵਾਂਗਾ, ਸਰਕਾਰ ਔਖੀ ਹੈ ਸੌਖੀ ਹੈ ਉਹ ਜਾਣੇ। ਮੈਂ ਸਮਝਦਾ ਕਿ ਇਹ ਸਟੈਂਡ ਲੈਣ ਦੀ ਜ਼ਰੂਰਤ ਚਾਹੀਦੀ। ਤੁਹਾਡੇ 'ਤੇ ਇਲਜ਼ਾਮ ਲੱਗੇ ਸੀ ਦਿੱਲੀ ਗੁਰਦੁਆਰਾ ਕਮੇਟੀ ਜਦ ਤੁਸੀਂ ਪ੍ਰਧਾਨ ਸੀ, ਤੁਸੀਂ ਆਪਣੀ ਪ੍ਰਧਾਨਗੀ ਤੋਂ ਆਪ ਅਸਤੀਫਾ ਦਿੱਤਾ, ਸਾਈਡਲਾਈਨ ਹੋਏ, ਉਸ ਤੋਂ ਬਾਅਦ ਨਵੇਂ ਪ੍ਰਧਾਨ ਬਣੇ, ਨਵੇਂ ਜਨਰਲ ਸਕੱਤਰ ਬਣੇ, ਉਸ ਤੋਂ ਬਾਅਦ ਕੁਝ ਬਦਲਾਅ ਲੱਗਦਾ? ਹਾਲਾਂਕਿ ਉਹ ਇਲਜ਼ਾਮ ਸਾਬਤ ਨਹੀਂ ਹੋਏ ਜਿਹੜੇ ਤੁਹਾਡੇ 'ਤੇ ਲੱਗੇ ਸੀ। ਮੈਂ ਸਮਝਦਾ ਵਾਂ, ਮੈਨੂੰ ਸਭ ਤੋਂ ਪਹਿਲੇ ਤੁਸੀਂ ਗੱਲ ਚੰਗੀ ਕੀਤੀ ਇਲਜ਼ਾਮਾਂ ਦੀ ਕੀਤੀ, ਮੈਨੂੰ ਕੋ ਇੱਕ ਐਗਜ਼ਾਮਪਲ ਦੇ ਸਕਦੇ ਹੋ ਕਿ ਕਿਸੇ 'ਤੇ ਇਲਜ਼ਾਮ ਲੱਗੇ ਹੁਣ ਅਸਤੀਫਾ ਦੇ ਕੇ ਬਾਹਰ ਹੋ ਜਾਏ? ਫਿਰ ਦਿੱਲੀ ਦਾ ਇੱਕ ਕਿਸਮ ਦਾ ਰਾਜ ਗੁਰੂ ਨੇ ਬਖਸ਼ਿਆ ਸੀ, ਸੰਗਤ ਨੇ ਬਖਸ਼ਿਆ ਸੀ, ਮੈਂ ਪ੍ਰਵਾਹ ਨਹੀਂ ਕੀਤੀ, ਮੈਂ ਅਸਤੀਫਾ ਦੇ ਕੇ ਬਾਹਰ ਆ ਗਿਆ। ਇਹ ਜਿਹੜੇ ਪ੍ਰਧਾਨ ਨੇ, ਇਹਨਾਂ 'ਤੇ ਇਲਜ਼ਾਮ ਲੱਗੇ, ਇਹ ਅਸਤੀਫਾ ਕਿਉਂ ਨਹੀਂ ਦਿੰਦੇ? ਇਹ ਬਾਹਰ ਕਿਉਂ ਨਹੀਂ ਆਉਂਦੇ? ਡਰਦੇ ਕਿਉਂ ਹੈ?
ਫਿਰ ਜਿਹੜੇ ਇਲਜ਼ਾਮ ਲਾਏ ਸੀ ਸਾਬਤ ਕਰਨ ਦੇ ਵਿੱਚ ਕਿਉਂ ਇਹ ਅੱਜ ਤੱਕ ਕਾਮਯਾਬ ਨਹੀਂ ਹੋਏ? ਮੈਂ ਇਹ ਸਮਝਦਾ ਵਾਂ ਕਿ ਪੋਲੀਟੀਕਲ ਗੇਮਾਂ ਖੇਡੀਆਂ ਗਈਆਂ ਸੀਗੀਆਂ। ਡਰ ਲੱਗਦਾ ਸੀ ਮਨਜੀਤ ਸਿੰਘ ਜੀਕੇ ਕੋਲੋਂ, ਉਹ ਡਰ ਕਈਆਂ ਨੂੰ ਲੱਗਦਾ ਸੀਗਾ। ਉਹਨਾਂ ਨੇ ਆਪਣਾ ਕੰਮ ਕੀਤਾ, ਅੱਜ ਉਹੀ ਮਨਜੀਤ ਸਿੰਘ ਜੀਕੇ ਆ ਕਿ ਜਿਹਨੂੰ ਫਿਰ ਅਕਾਲੀ ਦਲ ਘਰ ਲੈਣ ਜਾਂਦਾ। ਮੈਂ ਸਮਝਦਾ ਵਾਂ ਕਿ ਜਿਹੜਾ ਮੇਰਾ ਸਟੈਂਡ ਸੀਗਾ ਉਹ ਠੀਕ ਸੀਗਾ, ਮੈਂ ਉਸੇ 'ਤੇ ਰਹਾਂਗਾ। ਮੈਂ ਸਮਝਦਾ ਵਾਂ ਕਿ ਇਹ ਗੰਗਾ ਜਾਣ ਗੰਗਾ ਰਾਮ, ਯਮੁਨਾ ਜਾਣ ਯਮੁਨਾ ਦਾਸ, ਇਹ ਇੱਕ ਪਾਸੇ ਦੇ ਨਹੀਂ ਗਏ। ਇਹ ਸਵੇਰੇ ਜੇ ਮੁਸਲਿਮ ਲੀਗ ਦੀ ਸਰਕਾਰ ਆ ਗਈ ਨਾ, ਸਭ ਤੋਂ ਪਹਿਲੇ ਅੱਲਾਹੂ ਅਕਬਰ ਜੇ ਕਹਿਣਗੇ ਅਤੇ ਰਣਬੀਰ ਸਿੰਘ ਕਾਲਕਾ ਅਤੇ ਸਿਰਸਾ ਸਾਹਿਬ ਕਹਿਣਗੇ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿੱਲੀ ਦੇ ਵਿੱਚ ਖਾਸ ਕਰਕੇ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇੱਕ ਆਈ ਸੀ ਉਹ ਭਾਜਪਾ ਦੇ ਫੇਵਰ ਦੇ ਵਿੱਚ ਚਲੀ ਗਈ ਹੈ। ਹੁਣ ਦੁਬਾਰਾ ਤੋਂ ਤੁਸੀਂ ਸਰਨਾ ਸਾਹਿਬ ਇਕੱਠੇ ਹੋਏ ਹੋ ਅਕਾਲੀ ਦਲ ਦੇ ਵਿੱਚ, ਕਿਸ ਤਰ੍ਹਾਂ ਦਾ ਅਗਲਾ ਸ਼ਡਿਊਲ ਰਹੇਗਾ? ਦੇਖੋ, ਸਰਨਾ ਸਾਹਿਬ ਨੇ ਇਲੈਕਸ਼ਨ ਲੜੀ ਸੀ ਦਿੱਲੀ 'ਚ ਆਪਣੀ ਪਾਰਟੀ ਅਤੇ ਮੈਂ ਲੜੀ ਸੀ ਔਰ ਅਕਾਲੀ ਦਲ ਨੇ ਲੜੀ ਸੀ। ਤਿੰਨਾਂ ਦੀ ਵੋਟਾਂ ਇਕੱਠੀਆਂ ਕਰੀਏ ਤਾਂ 90% ਵੋਟ ਬਣਦੀ ਹੈ। ਇਹਨਾਂ ਦਾ ਤਾਂ ਖਾਤਾ ਹੀ ਕਿਤੇ ਨਹੀਂ ਹੈਗਾ। ਇਹਨਾਂ ਦੀ ਟੋਕਰੀ ਆ, ਸਰਕਾਰੀ ਟੋਕਰੀ ਆ, ਮੋਰੀ ਛੇਕ ਹੋਏ ਨੇ, ਉਹਦੇ 'ਚ ਕਿਸੇ ਨੇ ਨਹੀਂ ਟਿਕਣਾ। ਮੈਂ ਸਮਝਦਾ ਇਹਨਾਂ ਨੂੰ ਕੈਂਡੀਡੇਟ ਵੀ ਨਹੀਂ ਲੱਭਣੇ ਔਰ ਜੇ ਲੱਭੇ ਤਾਂ ਜਮਾਨਤਾ ਵੀ ਨਹੀਂ ਬਚਣਗੇ। 1995 'ਚ ਇਹ ਹਾਲਾਤ ਸੀਗੇ, ਅਸੀਂ ਸਾਰੇ ਇਕੱਠੇ ਸੀ 95 'ਚ, 46 'ਚੋਂ 42 ਸੀਟਾਂ ਅਕਾਲੀ ਦਲ ਜਿੱਤਿਆ ਸੀਗਾ। ਅੱਜ ਵੀ ਉਹੀ ਹਾਲਾਤ ਬਣਨਗੇ, 2-4 ਸੀਟਾਂ ਕੋਈ ਇੰਡੀਪੈਂਡੈਂਟ ਲੈ ਗਏ ਜਾਂ ਇੱਕ ਅੱਧਾ ਕੋਈ ਇਹਨਾਂ 'ਚੋਂ ਜਿੱਤ ਗਿਆ ਜਿੱਤ ਗਿਆ। ਸਰਸਾ ਸਾਹਿਬ ਤਾਂ ਆਪਣੀ ਇਲੈਕਸ਼ਨ ਨਹੀਂ ਜਿੱਤ ਸਕੇ, ਪੰਜਾਬੀ ਬਾਗ ਤੋਂ 600 ਵੋਟਾਂ 'ਤੇ ਹਾਰ ਗਏ। ਉਹ ਸਿੱਖਾਂ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਾਂ ਉਹ ਸਿੱਖਾਂ ਨੂੰ ਰਿਪ੍ਰਜੈਂਟ ਕਿੱਥੇ ਕਰ ਸਕਦੇ ਨੇ? ਇੱਕ ਆਖਰੀ ਸਵਾਲ ਜੀਕੇ ਸਾਹਿਬ, ਸਿਰਸਾ ਜੀ ਜਦ ਪ੍ਰਧਾਨ ਸੀ ਉਹਨਾਂ ਨਾਲ ਲੰਬੀ ਸਿਕਿਉਰਿਟੀ ਫੋਰਸ ਚੱਲਦੀ ਸੀ, ਹੁਣ ਉਹੀ ਆਲਮ ਜਿਹੜਾ ਹੈ ਕਾਲਕਾ ਜੀ ਦਾ, ਕਾਲੋਂ ਸਾਹਿਬ ਦਾ ਦਿਖਦਾ, ਇੱਥੋਂ ਤੱਕ ਕਿ ਜਿਹੜੇ ਮੈਂਬਰ ਪਹਿਲੀ ਵਾਰ ਜਿੱਤੇ ਨੇ ਉਹਨਾਂ ਨੂੰ 2-2 ਗਨਮੈਨ ਦੇ ਦਿੱਤੇ ਗਏ, ਲੱਗਦਾ ਕਿ ਉਹਨਾਂ ਮੈਂਬਰਾਂ ਨੇ ਸਿਰਫ ਗਨਮੈਨਾਂ ਦੇ ਚੱਕਰ ਦੇ ਵਿੱਚ ਪਾਸਾ ਪਰਤਿਆ? ਉਹ ਇਸ ਕਰਕੇ ਕਿ ਇਹਨਾਂ ਨੂੰ ਪਤਾ ਕਿ ਇਹ ਝੂਠ ਦੀ ਦੀਵਾਰ ਖੜੀ ਕੀਤੀ ਆ। ਮੈਂਬਰਾਂ ਦੇ ਉੱਤੇ ਸਿਕਿਉਰਿਟੀ ਵੀ ਰੱਖੀ ਆ, ਮੈਂਬਰਾਂ ਦੇ ਉੱਤੇ ਚੈੱਕ ਵੀ ਰੱਖਿਆ, CID ਵੀ ਰੱਖੀ ਆ ਕਿ ਮੈਂਬਰ ਕਿਤੇ ਭੱਜ ਨਾ ਜਾਣ। ਮੈਂਬਰ ਇਹਨਾਂ ਕੋਲ ਟਿਕਣੇ ਨਹੀਂ ਆਉਣ ਵਾਲੇ ਸਮੇਂ 'ਚ, ਤੁਸੀਂ ਮੈਂਬਰ ਛੱਡੋ, ਸੰਗਤ ਇਹਨਾਂ ਕੋਲ ਹੈ ਨਹੀਂ ਗੀ ਅਤੇ ਮੈਂਬਰਾਂ ਨੇ ਇਹਨਾਂ ਕੋਲ ਕਿੱਥੇ ਟਿਕਣਾ? ਸਾਲ ਦੀ ਵੀ ਟਰਮ ਪੂਰੀ ਹੋਣ ਜਾ ਰਹੀ ਆ, ਹੁਣ ਇਹ ਇਲੈਕਸ਼ਨ ਨੂੰ ਟਪਾਉਣ ਦੀ ਕੋਸ਼ਿਸ਼ ਕਰਨਗੇ, ਲੇਟ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਮੈਂ ਸਮਝਦਾ ਵਾਂ ਕਿ ਜਦੋਂ ਮੈਂ ਪ੍ਰਧਾਨ ਰਿਹਾ ਵਾਂ, 3 ਇਲੈਕਸ਼ਨਾਂ ਆਈਆਂ ਸੀ 2-2 ਸਾਲ ਵਾਲੀਆਂ, ਮੈਂ ਡੇਟ ਤੋਂ ਇੱਕ ਦਿਨ ਪਹਿਲੇ ਕਰਾਉਂਦਾ ਸੀਗਾ। ਇਹਨਾਂ ਦਾ 21 ਜਨਵਰੀ ਨੂੰ ਡੇਟ ਆ, ਹੁਣ ਤੱਕ ਨੋਟਿਸ ਨਿਕਲਣਾ ਚਾਹੀਦਾ ਸੀ, ਅੱਜ ਤੱਕ ਨੋਟਿਸ ਨਹੀਂ ਨਿਕਲਿਆ। ਸ਼ਿਲੌਂਗ ਦੇ ਵਿੱਚ ਸਿੱਖਾਂ ਦੀ ਆਵਾਜ਼ ਚੱਕਣ ਤੁਸੀਂ ਸਭ ਤੋਂ ਪਹਿਲਾਂ ਪਹੁੰਚੇ, ਹੁਣ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਦੁਬਾਰਾ ਜੋ ਉੱਥੇ ਹਾਲਾਤ ਬਣ ਰਹੇ ਨੇ, ਡੈਲੀਗੇਸ਼ਨ ਦਿੱਲੀ ਕਮੇਟੀ ਆ ਕੇ ਮਿਲਦਾ ਪਰ ਕੋਈ ਹੱਲ ਨਹੀਂ ਹੁੰਦਾ? ਉਹ ਜਿਹੜਾ ਡੈਲੀਗੇਸ਼ਨ ਦਿੱਲੀ ਆਉਂਦਾ, ਉੱਥੋਂ ਦਾ ਪ੍ਰਧਾਨ ਜਿਹੜਾ ਆਉਂਦਾ, ਦਿੱਲੀ ਕਮੇਟੀ ਕਹਿੰਦੀ ਹੈ ਕਿ ਜੋ ਸਰਕਾਰ ਕਹਿੰਦੀ ਕੰਪਰੋਮਾਈਜ਼ ਕਰ ਲਓ। ਅਸੀਂ ਠੋਕ ਕੇ ਗੋਲੀ ਚੱਲਦੇ ਦੇ ਵਿੱਚ, ਕਰਫਿਊ ਲੱਗੇ ਦੇ ਵਿੱਚ ਗਏ ਸੀ, ਮੇਰੇ ਖਿਆਲ ਤੁਸੀਂ ਵੀ ਸ਼ਾਇਦ ਉੱਥੇ ਮੌਜੂਦ ਸੀਗੇ, ਕਿੱਦਾਂ ਅਸੀਂ ਅੱਜ ਤੱਕ ਉਹ ਰੁਕਿਆ। ਫਿਰ ਹਾਈ ਕੋਰਟ 'ਚ ਕੇਸ ਜਿਹੜਾ ਪਾਇਆ ਉਹੀ ਸਟੇ ਚੱਲਦਾ ਪਿਆ। ਇਹ ਤਾਂ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਤੁਸੀਂ ਸਮਝੌਤਾ ਕਰ ਜਾਓ, ਇਹ ਕਦੀ ਵੀ ਸਰਕਾਰ ਦੇ ਅੱਗੇ ਨਹੀਂ ਖਲੋਣਗੇ। ਇਹ ਤੁਹਾਨੂੰ ਸਲਾਹ ਦੇਣਗੇ ਕਿ ਆਪਾਂ ਬਹੁਤ ਘੱਟ ਗਿਣਤੀ 'ਚ, ਆਪਾਂ ਨੇ ਸਰਕਾਰਾਂ ਨਾਲ ਪੰਗਾ ਨਹੀਂ ਲੈਣਾ, ਆਪਾਂ ਕੰਪਰੋਮਾਈਜ਼ ਕਰੀਏ। ਕੰਪਰੋਮਾਈਜ਼ ਆਪਣੀ ਸ਼ਰਤਾਂ 'ਤੇ ਕਰੀਏ ਨਾ, ਕਿ ਅਗਲਿਆਂ ਦੇ ਥੱਲੇ ਲੱਗ ਕੇ ਕਰਨਾ, ਇਹ ਅਗਲਿਆਂ ਦੇ ਥੱਲੇ ਲੱਗ ਕੇ ਕਰਾਉਣਗੇ। ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਇਹਨਾਂ ਤਮਾਮ ਮੁੱਦਿਆਂ ਦੇ, ਚਾਹੇ ਉਹ ਗੰਗੂ ਮੱਠ ਦੀ ਗੱਲ ਕਰ ਲਈਏ, ਤੁਸੀਂ ਮੁੱਦੇ ਚੱਕੇ, ਪਰ ਲੱਗਦਾ ਇਹਨਾਂ ਮੁੱਦਿਆਂ ਦਾ ਹੱਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਤੇ? ਇਹ ਹੱਲ ਜ਼ਰੂਰ ਹੋਏਗਾ, ਸਰਕਾਰਾਂ ਨੂੰ ਝੁਕਣਾ ਪਏਗਾ। ਸਰਕਾਰਾਂ ਉਦੋਂ ਝੁਕਦੀਆਂ ਜਦੋਂ ਕੌਮ ਇਕੱਠੀ ਹੋ ਜਾਵੇ। ਮੇਰੀ ਵਾਪਸੀ ਦਾ ਅਕਾਲੀ ਦਲ 'ਚ ਕਾਰਨ ਵੀ ਇੱਕੋ ਹੀ ਸੀ ਕਿ ਮੈਂ ਲੜ ਲਿਆ ਬੜਾ ਚਿਰ, ਇਸ ਵੇਲੇ ਸਰਕਾਰ ਪਰਵਾਹ ਨਹੀਂ ਕਰ ਰਹੀ, ਪੰਥ ਨੂੰ ਇਕੱਠਾ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਅਸੀਂ ਕਾਮਯਾਬ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਸੋ ਮਨਜੀਤ ਸਿੰਘ ਜੀਕੇ ਜੀ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਹਾਲ ਹੀ ਵਿੱਚ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹਨਾਂ ਨੇ ਵਾਪਸੀ ਕੀਤੀ ਹੈ, ਔਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਲਾਇਆ, ਦਿੱਲੀ ਦੀ ਧਾਰਮਿਕ ਸਿਆਸਤ ਉੱਤੇ ਖੁੱਲ੍ਹ ਕੇ ਬੋਲੇ ਨੇ ਕਿ ਕਿਸ ਤਰੀਕੇ ਜਿਹੜਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਧਾਰਮਿਕ ਮਸਲੇ ਜਿਹੜੇ ਨੇ ਉਲਝਾਏ ਜਾ ਰਹੇ ਨੇ, ਉਹਨਾਂ ਦਾ ਹੱਲ ਕਰਾਉਣ ਦੀ ਬਜਾਏ। ਕੈਮਰਾ ਪਰਸਨ ਮਨਜੀਤ ਦੇ ਨਾਲ ਜਸਮੀਤ ਸਿੰਘ, ਵਰਲਡ ਪੰਜਾਬੀ TV, ਚੰਡੀਗੜ੍ਹ।